ਕਿ ਫੇਕ ਇਨਕਾਊਂਟਰ ਕੀਤੇ ਨੇ ਪੰਜਾਬ ਦੇ ਅੰਦਰ, ਤੁਹਾਨੂੰ ਆਦਤ ਬਣ ਚੁੱਕੀ ਹੈ। ਜੇ ਤੁਹਾਡੇ ਉਲਟ ਕਾਰਵਾਈ ਹੋਈ ਹੁੰਦੀ ਕਿਸੇ ਲੀਡਰ ਵੱਲੋਂ, ਤਾਂ ਤੁਹਾਨੂੰ ਪਤਾ ਹੁੰਦਾ ਕਿ ਅਸੀਂ ਬਿਨਾਂ ਗੱਲ ਤੋਂ ਬੇਗਨਾਹ ਬੰਦੇ ਇੱਕ ਮਹੀਨਾ ਨਹੀਂ ਕੁੱਟਣੇ। ਤੁਸੀਂ ਤਾਂ ਚੁਣ ਚੁਣ ਕੇ ਬਦਲੇ ਲੈ ਨੇ ਲੋਕਾਂ ਤੋਂ, ਅਤੇ ਲੋਕਾਂ ਨੇ ਉਸ ਦਾ ਰਿਜ਼ਲਟ ਦਿੱਤਾ ਹੈ। ਕੱਲ੍ਹ 2 ਲੱਖ ਦੇ ਕਰੀਬ ਵੋਟ ਪਾ ਕੇ ਉਹਨਾਂ ਨੇ ਦੱਸ ਦਿੱਤਾ ਹੈ ਕਿ ਨਹੀਂ, ਜਿੰਨਾ ਮਰਜ਼ੀ ਕੁੱਟ ਮਾਰ ਲਏ, ਨਾਲ ਤਾਂ ਅਸੀਂ ਉਹਦੇ ਹੀ ਖਲੋਤੇ। ਇਸ ਟਾਈਮ 'ਤੇ ਅੰਦਰ ਬੈਠੇ ਨੇ 10 ਬੰਦੇ, ਉਹ ਕਿਸੇ ਪਰਚੇ ਤਹਿਤ ਨਹੀਂ ਬੈਠੇ, ਉਹ ਇਲੀਗਲ ਡਿਟੇਨ ਨੇ, ਇੱਕ ਅੰਦਰ ਰੋਕੇ ਹੋਏ ਨੇ। ਉਹਨਾਂ 'ਤੇ ਜੇ ਪਰਚਾ ਦਰਜ ਹੋਏ ਫਿਰ ਤਾਂ ਕਹੀਏ ਸਰਕਾਰ ਤੋਂ ਬਾਹਰ ਹੈ, ਕੋਰਟ ਨੇ ਰਿਲੀਜ਼ ਕਰਨੇ ਨੇ। ਇਹ ਤਾਂ ਸਰਕਾਰ ਨੇ ਆਪ ਬਿਠਾਏ ਰਹੇ ਉਹਨਾਂ ਨੂੰ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਗੜਬੜ ਕਰਨੀ ਸੀ। ਠੀਕ ਆ, ਤੁਸੀਂ ਜੁੜੇ ਹੋ ਸੱਚਮਈ ਦੇ ਨਾਲ, ਮੈਂ ਰਣਜੀਤ ਗਿੱਲ ਗੱਲਬਾਤ ਕਰਾਂਗੇ ਐਡਵੋਕੇਟ ਹਰਪਾਲ ਸਿੰਘ ਖਰਾ ਜੀ ਦੇ ਨਾਲ, ਜਿਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੇ ਲਈ ਪ੍ਰਚਾਰ ਕੀਤਾ ਅਤੇ ਜਿੱਤ ਵੀ ਦਵਾਈ ਹੈ, ਵੱਡਾ ਯੋਗਦਾਨ ਹੈ, ਲਗਾਤਾਰ ਉਹਨਾਂ ਦੀ ਪੈਰਵਾਈ ਕਾਨੂੰਨੀ ਉਹ ਵੀ ਦੇਖ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਰਾ ਸਾਹਿਬ, ਜਿਹੜੀਆਂ ਚਰਚਾਵਾਂ ਚੱਲ ਰਹੀਆਂ ਅੰਮ੍ਰਿਤਪਾਲ ਨੂੰ ਲੈ ਕੇ, ਆਊਗਾ ਬਾਹਰ ਜਾਂ ਨਹੀਂ, ਉਹ ਇਹ ਕਿਵੇਂ ਦੇਖਦੇ ਹੋ ਸਰ? ਦੇਖੋ, ਇਹ ਐਕਚੁਅਲੀ ਤਾਂ ਸਰਕਾਰੀ ਸਿਸਟਮ ਹੈ, ਪੋਲੀਟੀਕਲ ਗੇਮ ਹੈ। ਬੰਦੇ ਦੇ ਕੋਈ ਪਰਚਾ, ਜਿਹੜਾ ਇਸ ਟਾਈਮ 'ਤੇ ਅੰਦਰ ਬੈਠੇ ਨੇ 10 ਬੰਦੇ, ਉਹ ਕਿਸੇ ਪਰਚੇ ਤਹਿਤ ਨਹੀਂ ਬੈਠੇ, ਉਹ ਇਲੀਗਲ ਡਿਟੇਨ ਨੇ, ਇੱਕ ਅੰਦਰ ਰੋਕੇ ਹੋਏ ਨੇ। ਉਹਨਾਂ 'ਤੇ ਜੇ ਪਰਚਾ ਦਰਜ ਹੋਏ ਫਿਰ ਤਾਂ ਕਹੀਏ ਸਰਕਾਰ ਤੋਂ ਬਾਹਰ ਹੈ, ਕੋਰਟ ਨੇ ਰਿਲੀਜ਼ ਕਰਨੇ ਨੇ। ਇਹ ਤਾਂ ਸਰਕਾਰ ਨੇ ਆਪ ਬਿਠਾਏ ਰਹੇ ਉਹਨਾਂ ਨੂੰ ਕਿ ਉਹਨਾਂ ਨੇ ਪੰਜਾਬ ਦੇ ਅੰਦਰ ਗੜਬੜ ਕਰਨੀ ਸੀ। ਉਹ ਦਹਿਸ਼ਤਗਰਦ ਸੀ, ਅੱਤਵਾਦੀ ਸੀ, ਇਹ ਸਰਕਾਰ ਦੇ ਸਿੱਖਾਂ ਦੇ ਪ੍ਰਤੀ ਇੱਕ ਲਭਜ ਹੁੰਦੇ ਨੇ। ਤਾਂ ਉਹ ਕੱਲ੍ਹ 1,97,000 ਤੋਂ ਉੱਪਰ ਵੋਟ ਲੈ ਕੇ ਲੋਕਾਂ ਨੇ ਕਹਿ ਦਿੱਤਾ ਉਹ ਅੱਤਵਾਦੀ ਨਹੀਂ, ਅੱਤਵਾਦੀ ਤੁਹਾਡੀ ਸਰਕਾਰ ਹੈ, ਉਹ ਤੁਹਾਡੇ ਅਫਸਰ ਨੇ ਜਿਨ੍ਹਾਂ ਨੇ ਤੁਹਾਨੂੰ ਗਲਤ ਇਨਫੋਰਮੇਸ਼ਨ ਦਿੱਤੀ ਸੀ, ਉਹ ਅੱਤਵਾਦੀ ਦੇ ਸੋਚ ਦੇ ਮਾਲਕ ਨੇ। ਉਹ ਤੁਸੀਂ ਸ਼ੁਰੂ ਤੋਂ ਲੈ ਕੇ ਫੇਕ ਇਨਕਾਊਂਟਰ ਕੀਤੇ ਨੇ ਪੰਜਾਬ ਦੇ ਅੰਦਰ, ਤੁਹਾਨੂੰ ਆਦਤ ਬਣ ਚੁੱਕੀ ਹੈ। ਜੇ ਤੁਹਾਡੇ ਉਲਟ ਕਾਰਵਾਈ ਹੋਈ ਹੁੰਦੀ ਕਿਸੇ ਲੀਡਰ ਵੱਲੋਂ, ਤਾਂ ਤੁਹਾਨੂੰ ਪਤਾ ਹੁੰਦਾ ਕਿ ਅਸੀਂ ਬਿਨਾਂ ਗੱਲ ਤੋਂ ਬੇਗਨਾਹ ਬੰਦੇ ਇੱਕ ਮਹੀਨਾ ਨਹੀਂ ਕੁੱਟਣੇ। ਤੁਸੀਂ ਤਾਂ ਚੁਣ ਚੁਣ ਕੇ ਬਦਲੇ ਲੈ ਨੇ ਲੋਕਾਂ ਤੋਂ, ਅਤੇ ਲੋਕਾਂ ਨੇ ਉਸ ਦਾ ਰਿਜ਼ਲਟ ਦਿੱਤਾ ਹੈ। ਕੱਲ੍ਹ 2 ਲੱਖ ਦੇ ਕਰੀਬ ਵੋਟ ਪਾ ਕੇ ਉਹਨਾਂ ਨੇ ਦੱਸ ਦਿੱਤਾ ਹੈ ਕਿ ਨਹੀਂ, ਜਿੰਨਾ ਮਰਜ਼ੀ ਕੁੱਟ ਮਾਰ ਲਏ, ਨਾਲ ਤਾਂ ਅਸੀਂ ਉਹਦੇ ਹੀ ਖਲੋਤੇ। ਲੋਕਾਂ ਨੇ ਦੱਸਤਾ ਵੀ ਉਹਨਾਂ ਨੂੰ ਚਾਹੁੰਦੇ ਸੀ ਸਰਕਾਰ ਦਾ ਕਿਤੇ ਨਾ ਕਿਤੇ ਜਿਹੜਾ ਰਵੱਈਆ ਸੀਗਾ ਉਹਦਾ ਵੱਡੇ ਤੌਰ 'ਤੇ ਇਹ ਰਿਜ਼ਲਟ ਦੇਖਣ ਨੂੰ ਮਿਲਿਆ ਜੀ, ਹੈ ਨਾ? ਉਹਨਾਂ ਨੇ ਕਿਹਾ ਕਿ ਤੂੰ ਜੋ ਮਰਜ਼ੀ ਕਹਿ ਲੈ ਯਾਰ, ਅਸੀਂ ਉਹਨਾਂ ਦੇ ਨਾਲ ਖਲੋਤੇ ਹਾਂ। ਉਹਨਾਂ ਨੂੰ ਅੱਤਵਾਦੀ ਨਹੀਂ ਲੱਗਿਆ, ਉੱਥੋਂ ਦੇ ਹਿੰਦੂ ਭਰਾ ਨੇ ਉਹਨਾਂ ਨੂੰ ਅੱਤਵਾਦੀ ਨਹੀਂ ਲੱਗਿਆ। ਮੁਸਲਮਾਨ ਪਿੰਡਾਂ 'ਚ ਮੈਨੂੰ ਮਿਲੇ ਨੇ ਅਤੇ ਗੁੱਜਰ ਭਰਾ, ਉਹ ਕਹਿੰਦੇ ਨਹੀਂ ਯਾਰ, ਬੰਦਾ ਮਾੜਾ ਹੀ ਨਹੀਂ। ਉਹ ਯਾਰ ਉੱਥੋਂ ਦਾ 4 ਲੱਖ 5 ਲੱਖ ਬੰਦਾ ਕਹਿ ਰਿਹਾ ਬੰਦਾ ਨਹੀਂ ਮਾੜਾ, ਅਤੇ ਤੇਰੇ ਜਿਹੜੇ ਅਫਸਰ ਕਹਿ ਰਹੇ ਨੇ ਬੰਦਾ ਅੱਤਵਾਦੀ ਵੱਖਵਾਦੀ ਹੈ, ਅਤੇ ਫਿਰ ਹੁਣ ਕੀ ਕਰੀਏ? ਪਬਲਿਕ ਵੱਡੀ ਹੈ ਕਿ ਤੇਰੇ ਅਫਸਰ ਵੱਡੇ ਨੇ? ਸਵਾਲ ਤਾਂ ਜੇ ਸੈਣੀਅਰਾਂ ਨੂੰ ਪੁੱਛੇ ਗਏ ਨੇ ਤਾਂ ਸਵਾਲ ਤਾਂ ਇਹਨਾਂ ਅਫਸਰਾਂ ਨੂੰ ਪੁੱਛੇ ਜਾਣਗੇ, ਸੰਭਾਲ ਲੈਣ ਦਿਓ। ਅਜੇ ਨਹੀਂ, 2027 ਦੇ ਅੰਦਰ ਬੜੀ ਜਲਦੀ ਜਿਹੜੀ ਹੈ ਉਹ ਰੱਬ ਦੀ ਮਿਹਰ ਰਹੀ ਤਾਂ ਇੱਕ ਪੰਥਕ ਸੋਚ ਵਾਲੇ ਲੀਡਰ ਆਉਣਗੇ, ਅਤੇ ਬੜੇ ਬੜੇ ਹਿਸਾਬ ਇਹਨਾਂ ਤੋਂ ਲੀਗਲੀ ਲੈਣੇ ਨੇ ਕਿ ਤੁਸੀਂ ਕਿਵੇਂ ਲੋਕਾਂ ਦੇ ਫੇਕ ਇਨਕਾਊਂਟਰ ਕੀਤੇ, ਤੁਸੀਂ ਕਿਵੇਂ ਲੋਕਾਂ ਨੂੰ ਤੁਸੀਂ ਗੁੰਮਰਾਹ ਕਰਕੇ ਪਰਚੇ ਦਰਜ ਕਰਦੇ ਹੋ, ਕਿਸੇ ਦੀ ਜ਼ਿੰਦਗੀ ਨਾਲ ਖੇਡੇ ਹੋ, 1.25 ਸਾਲ ਤੋਂ ਤੁਸੀਂ 10 ਬੰਦੇ ਅੰਦਰ ਬਾਹ ਛੱਡੇ ਨੇ, 1,00,000 ਰੁਪਈਆ ਹਰਜ਼ਾਨਾ ਬੰਦਾ ਦਿਓ ਉਹਨਾਂ ਦਾ, ਲੋਕਾਂ ਨੇ ਤੁਹਾਨੂੰ ਨਕਾਰਤਾ, ਤੁਹਾਡੇ MP ਨਹੀਂ ਜਿੱਤ ਰਹੇ ਪੰਜਾਬ 'ਚ, ਤੁਹਾਨੂੰ ਖੁਦ ਨੂੰ ਡਾਊਨਫਾਲ ਜਾ ਰਹੇ ਹੋ, ਤੁਸੀਂ ਇਸੇ ਕਰਕੇ ਡਾਊਨਫਾਲ 'ਚ ਗਏ ਹੋ। ਤੁਸੀਂ ਅਕਾਲੀ ਦਲ ਨੇ ਉੱਥੇ ਖਲੋ ਕੇ ਉਹਨਾਂ ਦੇ ਇੱਕ ਅਕਾਲੀ ਲੀਡਰ ਨੇ ਜੱਚ ਕੇ ਵਿਰੋਧਤਾ ਕੀਤੀ, 14% 'ਤੇ ਵੋਟ ਰਹਿ ਗਈ, 5ਵੇਂ ਨੰਬਰ 'ਤੇ ਆ ਗਏ BJP ਤੋਂ ਥੱਲੇ ਨੇ, ਉਹ ਥੱਲੇ ਚਲੇ ਗਏ। ਕਿ ਦੇਖੋ, ਕਾਂਗਰਸ ਨਹੀਂ ਬੋਲੀ, ਕੱਲਾ ਰਵਨੀਤ ਬਿੱਟੂ ਭਾਜਪਾ ਦਾ ਬੋਲਿਆ ਵੀ ਥੱਲੇ ਗਿਆ। ਸਾਰਾ ਪੰਜਾਬ ਹੀ ਅੰਮ੍ਰਿਤਪਾਲ ਦੇ ਨਾਲ ਹੈ। ਸਭ ਨੂੰ ਪਤਾ ਸੀ ਕਿ ਅੰਮ੍ਰਿਤਪਾਲ ਜਿਹੜਾ ਹੈ ਉਹ ਬਿਲਕੁਲ ਝੂਠੇ ਕੇਸ 'ਚ ਨੂੰ ਸੁੱਟਿਆ ਅੰਦਰ, ਵਿਦਆਊਟ ਰੀਜ਼ਨ ਸੁੱਟਿਆ।
ਉਹ ਆਪਦੀ ਭਗਵੰਤ ਮਾਨ ਆਪਦੀ ਛਵੀ ਬਣਾਉਣੀ ਚਾਹੁੰਦਾ ਸੀ ਕਿ ਲੋਕ ਕਹਿਣ ਕਿ ਬਹੁਤ ਵੱਡਾ ਦਹਿਸ਼ਤਗਰ ਫੜ ਲਿਆ, ਆਹੀ ਸੀ ਨਾ। ਅਤੇ ਉਹ ਹੁਣ ਜਦੋਂ ਐਮ ਪੀ ਬਣ ਕੇ ਆ ਗਿਆ, ਹੁਣ ਕੀ ਕਰੇਗਾ, ਹੁਣ ਦਹਿਸ਼ਤਗਰਦ ਕਾਹਦਾ ਸੀ। ਤੁਹਾਡੀ ਸੋਚ ਮਾੜੀ ਹੈ, ਤੁਹਾਡੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਰਾਵੇ ਪ੍ਰਤੀ ਲੀਡਰ ਤੁਸੀਂ ਵੇਖ ਕੇ ਤੁਸੀਂ ਬਰਦਾਸ਼ਤ ਨਹੀਂ ਕਰਦੇ। ਜਦੋਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਭਰਾਵੇ ਵਾਲਾ ਬੰਦਾ ਮਿਲਦਾ ਹੈ ਨਾ, ਤੁਹਾਡਾ ਜੀ ਕਰਦਾ ਕਿ ਬੰਦਾ ਧਰਤੀ ਦੇ ਦਿਸੇ ਨਾ। ਪਰ ਵਰਲਡ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੀ ਇੱਥੇ ਧਰਤੀ 'ਤੇ ਕਿਸੇ ਦੀ ਕੁਰਬਾਨੀ ਨਹੀਂ। ਮੈਂ ਤਾਂ ਕਹੀ ਜਾਂਦਾ, ਮੈਂ ਉੱਥੋਂ ਸ਼ੁਰੂਆਤ ਕੀਤੀ ਹੈ ਕਿ ਸਾਡੇ ਵਰਗੇ ਚਿਹਰਿਆਂ ਵਰਗੇ ਇਹੋ ਜਿਹੇ ਮੁੱਖ ਮੰਤਰੀ ਨਕਾਰੋ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਹਿਰਾਵੇ ਵਾਲਾ ਦਮਾਲੇ ਵਾਲਾ ਮੁੱਖ ਮੰਤਰੀ ਆਵੇ, ਜਿਵੇਂ ਜੋਗੀ ਨੇ ਉੱਥੇ ਆਪਦਾ ਮੁੱਖ ਮੰਤਰੀ ਬਣਾਇਆ ਹੈ, ਸਾਡਾ ਵੀ ਇਹੋ ਜਿਹਾ ਹੋਵੇ ਜਿਹਨੂੰ ਕਮ ਸੇ ਕਮ ਇਹ ਤਾਂ ਪਤਾ ਲੱਗੇ ਕਿ ਆਹ ਨਿਸ਼ਾਨ ਸਾਹਿਬ ਹੈ, ਮੈਂ ਇੱਥੇ ਹਮਲਾ ਨਹੀਂ ਕਰਨਾ। ਇੰਨੀ ਅਕਲ ਤਾਂ ਹੋਵੇ ਨਾ ਜੀ ਸਾਡੇ ਕਾਂਗਰਸ ਅਕਾਲੀਆਂ 'ਤੇ, ਆਪ ਨੂੰ ਤਾਂ ਪਤਾ ਹੀ ਨਹੀਂ ਨਾ ਜੀ ਗੁਰਦੁਆਰਾ ਕੀ ਚੀਜ਼ ਹੈ। ਇਹ ਵੀ ਰਾਤ ਹਮਲਾ ਕੀਤਾ ਸੀ ਸੁਲਤਾਨਪੁਰ ਲੋਧੀ, ਅਤੇ ਅਕਾਲੀਆਂ ਨੇ ਕਸਰ ਹੀ ਨਹੀਂ ਛੱਡੀ ਇੱਥੇ। ਸੋ ਸਾਨੂੰ ਉਹ ਬੰਦੇ, ਤਾਂ ਮੈਂ ਕਹਿ ਰਿਹਾ ਜਿਹਨੂੰ ਪਤਾ ਹੋਵੇ ਧਾਰਮਿਕ ਨਿਸ਼ਾਨ ਕੀ ਹੈ, ਚਾਹੇ ਮੰਦਰ ਹੈ ਚਾਹੇ ਮਸਜਿਦ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਗੁਰਦੁਆਰਾ, ਉਹਨੂੰ ਅਕਲ ਚਾਹੀਦੀ ਹੈ। ਹਿਸਟਰੀ ਪੜ੍ਹੀ ਹੋਵੇ, ਜੇ ਦੁਮਾਲੇ ਵਾਲਾ ਆਵੇਗਾ ਤਾਂ ਪੰਜਾਬ ਦੀ ਹਿਸਟਰੀ ਪੜ੍ਹੇਗਾ, ਉਹਨੂੰ ਅਕਲ ਹੋਵੇਗੀ ਕਿ ਪੰਜਾਬ ਦੀ ਹਿਸਟਰੀ ਕੀ ਹੈ, ਪੰਜਾਬ ਦੇ ਲੋਕ ਕੀ ਨੇ। ਅਤੇ ਇਹ ਸਾਰੇ ਬੰਦੇ ਇਤਿਹਾਸ ਦੇ ਵਿੱਚ, ਇਹ ਬੰਦੇ ਫੇਲ ਨੇ, ਨਲਾਇਕ ਨੇ, ਇਸ ਕਰਕੇ ਇਹਨਾਂ ਨੇ ਪੰਜਾਬ ਨਹੀਂ ਪੜ੍ਹਿਆ। ਜੇ ਪੰਜਾਬ ਪੜ੍ਹਿਆ ਹੁੰਦਾ ਤਾਂ ਫਿਰ ਇਹੋ ਜਿਹੇ ਹਾਲਾਤ ਪੰਜਾਬ 'ਚ ਨਹੀਂ ਸੀ ਹੋਣੇ। ਖਾਲਸਾ ਮੁੜ ਸ਼ੁਰੂ ਹੋਊਗੀ ਦੁਬਾਰੇ, ਉਹੀ ਮਾਹੌਲ ਬਣੂਗਾ, ਉਹੀ ਨਸ਼ੇ ਛਡਾਉਣ ਵਾਲਾ ਕੰਮ ਚੱਲੂ ਫਿਰ ਦੁਬਾਰੇ। ਦੇਖੋ ਜਿੱਥੋਂ ਤੱਕ ਮੈਨੂੰ ਲੱਗਦਾ ਖਾਲਸਾ ਵੀਰ ਚਲਾਉਣੀ ਪੈਣੀ ਹੀ ਪੈਣੀ ਹੈ। ਖਾਲਸਾ ਵੀਰ ਦੇ ਨਾਲ ਧਾਰਮਿਕ ਪ੍ਰਚਾਰ ਆ, ਉਹ ਕਿਹੜੀਆਂ ਗੋਲੀਆਂ ਮਾਰਦੇ ਨੇ ਕਿਸੇ ਨੂੰ, ਉਹ ਤਾਂ ਇਕੱਲੀ ਸਰਕਾਰ ਨੂੰ ਹੀ ਚੁੱਭੇ ਨੇ ਨਾ, ਉਹ ਤਾਂ ਇਕੱਲੇ ਭਗਵੰਤ ਮਾਨ ਨੂੰ ਹੀ ਖਾਲਸਾ ਵੀਰ ਮਾੜੀ ਲੱਗੀ ਹੈ, ਜਾਂ ਕਾਂਗਰਸ ਨੂੰ ਮਾੜੀ ਲੱਗੀ, ਉਦੋਂ ਅਕਾਲੀਆਂ ਨੂੰ ਬੜੀ ਮਾੜੀ ਲੱਗੀ ਹੈ, ਇਹਨਾਂ ਨੂੰ ਮਾੜੀ ਲੱਗਦੀ, ਲੋਕਾਂ ਨੂੰ ਮਾੜੀ ਨਹੀਂ ਲੱਗੀ। ਹੁਣ ਦੇਖੋ ਇਹਨਾਂ ਨੇ 117 ਬੰਦਿਆਂ ਨੂੰ ਸੁਣਨਾ ਹੈ ਕਿ ਕਰੋੜਾਂ ਲੋਕ ਬੈਠੇ ਨੇ ਉਹਨਾਂ ਨੂੰ ਸੁਣਨਾ, 5-4 ਲੱਖ ਬੰਦੇ ਨੇ ਤਾਂ ਕਹਿ ਤਾ ਕਿ ਵੀਰ ਸਹੀ ਹੈ, ਇਹਨਾਂ ਨੂੰ ਢਿੱਡ ਪੀੜ ਹੁੰਦੀ ਸੀ ਇਹਨਾਂ ਦੀ। ਇਹ ਗੱਲ ਸੰਸਦ ਦੇ ਵਿੱਚ ਅੰਮ੍ਰਿਤਪਾਲ ਵੱਲੋਂ ਇਹ ਨਸ਼ਿਆਂ ਸੰਬੰਧੀ ਵੀ ਸਵਾਲ ਰੱਖੇ ਜਾਣਗੇ, ਜਾਣਗੇ ਸੰਸਦ 'ਚ ਕਦੋਂ ਕੁ ਜਾਣਗੇ ਲੱਗਦਾ? ਨਹੀਂ, ਜਿਹੜਾ ਨਸ਼ੇ ਦੇ ਸੰਬੰਧ 'ਚ ਆ ਨਾ, ਮੈਂ ਬਹੁਤ ਥਾਵਾਂ 'ਤੇ ਕਿਹਾ ਨਸ਼ਾ ਫੋਰਸੀਏਬਲ ਬੰਦ ਨਹੀਂ ਹੁੰਦਾ, ਨਸ਼ਾ ਧਾਰਮਿਕ ਪ੍ਰਚਾਰ ਨਾਲ ਹੀ ਬੰਦ ਹੋਵੇ। ਨਸ਼ਾ ਤੁਸੀਂ ਚਿੱਟਾ ਬੰਦ ਕਰੋਗੇ, ਟਰੈਮਾਡੋਲ ਵਾਲੀ ਟਰੈਮਾਡੋਲ ਬੰਦ ਹੋ ਗਿਆ, ਅਲਪਲਾ ਜਰੂਰ ਆ ਜੂਗਾ, ਐਟੀਜੋ ਲੈਣ ਲੱਗ ਪੈਣਗੇ ਸਾਰੀਆਂ ਗੋਲੀਆਂ ਨਸ਼ੇ ਵਾਲੀ ਨੇ, ਪਰਚੇ ਇਹਨਾਂ ਦੇ ਦਰਜ ਹੋ ਰਹੇ ਨੇ। ਜਿਹਨੇ ਨਸ਼ਾ ਖਾਣਾ, ਉਹ ਇੱਕ ਪੌਲਿਸ਼ ਹੈ ਚੈਰੀ ਦੀ, ਉਹ ਵੀ 5-7 ਸਾਲ ਪਹਿਲਾਂ ਉਹ ਲਾ ਕੇ ਖਾਧੀ ਜਾਂਦੇ ਸੀ, ਹੁਣ ਇਹਨੂੰ ਕਿੱਥੇ ਕਿੱਥੇ ਚੀਜ਼ ਬੰਦ ਕਰੋਗੇ? ਉੱਥੇ ਮੈਂ ਐਗਰੀ ਨਹੀਂ ਕਰਦਾ ਕਿਸੇ ਲੀਡਰ ਨਾਲ, ਮੈਂ ਕਹਿੰਦਾ ਧਾਰਮਿਕ ਪ੍ਰਚਾਰ ਦੇ ਨਾਲ ਬੰਦਾ ਮੁੜਦਾ ਹੈ। ਤੁਸੀਂ ਮੈਂ ਆਪਾਂ ਨਹੀਂ ਨਸ਼ਾ ਲੈ ਰਹੇ, ਤਾਂ ਹੀ ਨਹੀਂ ਲੈ ਰਹੇ ਕਿ ਆਪਾਂ ਧਾਰਮਿਕ ਪ੍ਰਚਾਰ ਨੂੰ ਆਪਾਂ ਪਹਿਲ ਦਿੱਤੀ ਹੈ, ਆਪਾਂ ਨੂੰ ਆਪਦੀ ਲਾਈਫ ਬਾਰੇ ਪਤਾ। ਜਦੋਂ ਬੰਦੇ ਨੂੰ ਆਪਦੀ ਲਾਈਫ ਬਾਰੇ ਪਤਾ ਲੱਗੋ, ਨਸ਼ਾ ਛੱਡ ਜਾਏਗਾ ਯਾਰ, ਉਹ ਧਾਰਮਿਕ ਪ੍ਰਚਾਰ ਦੀ ਲੋੜ ਆ। ਉੱਥੇ ਮੋਦੀ ਸਰਕਾਰ ਦੁਆਰਾ ਬਣ ਜਾ ਰਹੀ ਹੈ, ਅਤੇ ਅੰਮ੍ਰਿਤਪਾਲ ਸਹੁੰ ਚੁੱਕ ਸਮਾਗਮ ਹੋਊਗਾ, ਉਹ ਕਿ ਜੇਲ੍ਹ ਦੇ ਵਿੱਚੋਂ ਕੀ ਪ੍ਰੋਸੀਜਰ ਰਹੂਗਾ ਸਾਰਾ ਜੀ? ਦੇਖੋ ਜਦੋਂ ਵੀ ਕੋਈ ਬੰਦਾ ਅੰਦਰ ਹੁੰਦਾ, ਸਰਕਾਰ ਉੱਥੋਂ ਲੈ ਕੇ ਆਉਂਦੀ ਹੁੰਦੀ ਹੈ, ਸਰਕਾਰ ਲਿਆ ਕੇ ਸਹੁੰ ਚੁਕਾ ਕੇ ਵਾਪਸ ਉਹਦੇ ਛੱਡ ਕੇ ਆਉਂਦੀ ਹੈ, ਸਰਕਾਰ ਦੀ ਡਿਊਟੀ ਹੁੰਦੀ ਹੈ। ਉਹ 'ਚ ਲੋਕਾਂ ਦਾ ਫੰਕਸ਼ਨ ਨਹੀਂ ਹੁੰਦਾ, ਸਰਕਾਰ ਦਾ ਆਪਦਾ ਉਸ ਬੰਦੇ ਪ੍ਰਤੀ ਇਕੱਲੇ ਦਾ। ਜੇਲ੍ਹ ਦੇ ਵਿੱਚ ਹੁੰਦਾ ਖਰਾ ਸਾਹਿਬ ਕਿ ਸੰਸਦ ਦੇ ਵਿੱਚ ਜਾਊ? ਨਹੀਂ, ਉਹ ਲੈ ਕੇ ਜਾਣਗੇ ਜੀ ਸੰਸਦ ਦੇ ਵਿੱਚ, ਉੱਥੇ ਲੈ ਕੇ ਜੀ ਕਿ ਅੱਡ ਰੂਮ ਹੋਵੇ ਜਾਂ ਕੀ ਡਿਫਰੈਂਟ, ਉਹ ਤਾਂ ਆਪਾਂ ਨੂੰ ਅੰਦਰ ਦੀ ਪ੍ਰੋਸੀਡਿੰਗ ਦਾ ਤਾਂ ਨਹੀਂ ਪਤਾ, ਪਰ ਉਹ ਸਰਕਾਰ ਦੀ ਆਪਦੀ ਡਿਊਟੀ ਹੁੰਦੀ ਹੈ। ਖਰਾ ਸਾਹਿਬ ਇੱਕ ਤੁਸੀਂ ਹੋਰ ਦੇਖਿਆ ਹੋਣਾ, ਜਿਵੇਂ ਨਰੇਟਿਵ ਪਹਿਲਾਂ ਮੀਡੀਆ 'ਚ ਸੀਗਾ, ਨੈਸ਼ਨਲ ਮੀਡੀਆ 'ਚ, ਹੁਣ ਉਹ ਬਦਲਦਾ ਨਹੀਂ ਦਿਸ ਰਿਹਾ ਜਿਵੇਂ ਹੁਣ ਦੇਖੀਏ ਤਾਂ ਆਪਾਂ 2-3 ਦਿਨਾਂ 'ਚ? ਦੇਖੋ ਉੱਤੇ ਇੱਕ ਤਾਂ ਨੈਸ਼ਨਲ ਮੀਡੀਆ ਵਾਲੀ ਸਰਕਾਰ ਉੱਡਦੀ ਪਈ ਆ, ਉਹ ਡਿਪੈਂਡ ਹੋ ਗਈ ਹੈ, ਜਿਹਨੂੰ ਇਹ ਕਹਿੰਦੇ ਹੁੰਦੇ ਸੀ ਭਗਵਾਨ ਹੈ, ਉਹ ਜਿਹੜੇ ਯੁਧਿਆਣਾ 'ਚ ਇਹਨਾਂ ਦਾ PM ਮਾਰ ਗਿਆ। ਜੇ ਤੁਸੀਂ ਯੁਧਿਆ 'ਚ ਕੰਮ ਚੰਗਾ ਕੀਤਾ ਹੁੰਦਾ ਤਾਂ ਕਮ ਸੇ ਕਮ ਉੱਥੋਂ ਦਾ ਪ੍ਰਾਈਮ ਮਿਨਿਸਟਰ ਨਾ ਹਾਰਦਾ। ਅਯੁੱਧਿਆ 'ਚ ਰਹਿਣ ਵਾਲੇ ਲੋਕਾਂ ਨੇ ਪ੍ਰਾਈਮ ਮਿਨਿਸਟਰ ਨੂੰ ਹਰਾਇਆ ਯਾਰ, ਇੱਦੂ 'ਤੇ ਮਾੜੀ ਕੀ ਗੱਲ ਹੋਊ?
ਹੁਣ ਸਰਦਾਰ ਸਾਹਿਬ ਐਕਚੁਅਲੀ ਤਾਂ ਪੀ ਐੱਮ ਮੋਦੀ ਨੂੰ ਇਹਦੇ ਉੱਪਰ ਹੁਣ ਰਿਜ਼ਾਇਨ ਦਾ ਮਤਲਬ ਕਿ ਉਹਨੂੰ ਅੱਗੇ ਸਹੁੰ ਨਹੀਂ ਚੁੱਕਣੀ ਚਾਹੀਦੀ, ਤੈਨੂੰ ਨਕਾਰਤਾ ਲੋਕਾਂ ਨੇ, ਜਿਹੜਾ ਤੂੰ ਉਂਗਲ ਲਾ ਕੇ ਉਹ ਭਗਵਾਨ ਨੂੰ ਨਾਲ ਲਿਜਾ ਰਿਹਾ ਹੈ, ਤੂੰ ਤਾਂ ਬੇੜਾ ਗਰਕ ਕਰਕੇ ਰੱਖਿਆ, ਪਤਾ ਨਹੀਂ ਉਹ ਕਿਵੇਂ ਲੋਕ ਤੈਨੂੰ ਪਸੰਦ ਕਰ ਰਹੇ ਨੇ। ਸੋ ਉਹ ਚੀਜ਼ਾਂ ਬਦਲ ਗਈਆਂ ਨੇ, ਇਹ ਲੋਕਾਂ ਨੂੰ ਇੱਥੇ ਸੱਚ ਵਿਖਾਉਣ ਦੀ ਆਦਤ ਨਹੀਂ। 6 ਮਹੀਨੇ ਹੋ ਠਹਿਰ ਜੋ, ਤੁਹਾਨੂੰ ਇਹੀ ਦਿਖਾ ਦੂੰਗਾ, ਭਾਈ ਅੰਮ੍ਰਿਤਪਾਲ ਦੇ ਸਿਫਤ ਕਰਦੇ ਦਿਖਾ ਦੂੰਗਾ ਮੈਂ ਤੁਹਾਨੂੰ। ਠੀਕ ਹੈ, ਬਹੁਤ ਬਹੁਤ ਧੰਨਵਾਦ ਖਾਲਸਾ।